ਪੰਜਾਬ ਸਰਕਾਰ ਵੱਲੋਂ ਗਿਰਜਾ ਰਾਮ ਨੂੰ ਪੰਜਾਬ ਸਫਾਈ ਕਮਿਸ਼ਨ ਦਾ ਚੇਅਰਮੈਨ ਲਾਉਣ ਤੇ ਪਠਾਨਕੋਟ ਵਾਸੀਆਂ ਨੇ ਲੱਡੂ ਵੱਢ ਕੇ ਖੁਸ਼ੀ ਮਨਾਈ। ਉਹਨਾਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਵੀ ਕੀਤਾ। ਪਠਾਨਕੋਟ ਵਿੱਚ ਅਖਿਲ ਭਾਰਤੀ ਸਫਾਈ ਯੂਨੀਅਨ ਅਤੇ ਬਾਲਮੀਕੀ ਸਮਾਜ ਨੇ ਪੰਜਾਬ ਸਰਕਾਰ ਵੱਲੋਂ ਗਿਰਜਾ ਰਾਮ ਨੂੰ ਪੰਜਾਬ ਸਫਾਈ ਕਮਿਸ਼ਨ ਦਾ ਚੇਅਰਮੈਨ ਲਾਉਣ ਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਬਾਲਮੀਕ ਸਮਾਜ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਇਸ ਮੌਕੇ ਸ਼ਹਿਰ ਵਿੱਚ ਬਾਲਮੀਕੀ ਸਮਾਜ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਅੱਜ ਬਹੁਤ ਹੀ ਇੱਕ ਖੁਸ਼ੀਆਂ ਵਾਲਾ ਦਿਨ ਕਿ ਸਾਡੀ ਪੰਜਾਬ ਸਰਕਾਰ ਨੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਸਾਡੇ ਬਾਲਮੀਕੀ ਸਮਾਜ ਨੂੰ ਇੱਕ ਬਹੁਤ ਹੀ ਵੱਡਾ ਜਿਹੜਾ ਅਹੁਦਾ ਦਿੱਤਾ, ਜਿਹਦੇ ਵਿੱਚ ਸਾਡੇ ਪੰਜਾਬ ਦੇ ਸ਼੍ਰੀ ਗਿਰਜਾ ਰਾਮ ਜੀ ਬਾਲਮੀਕੀ ਉਹਨਾਂ ਨੂੰ ਪੰਜਾਬ ਸਫਾਈ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਔਰ ਉਹਨਾਂ ਦੇ ਨਕਸ਼ੇ ਕਦਮ ਚੱਲਦੇ ਹੋਏ ਸਾਡੀ ਜਿਹੜੀ ਟੀਮ ਆ ਸਫਾਈ ਕਰਮਚਾਰੀ ਯੂਨੀਅਨ ਅਖਿਲ ਭਾਰਤੀ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਅੱਜ ਅਸੀਂ ਨਗਰ ਨਿਗਮ ਦੇ ਆਫਿਸ ਵਿੱਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਔਰ ਸਾਡੀ ਸ਼ਹਿਰ ਵਾਸੀਆਂ ਨੂੰ ਔਰ ਸਾਰੇ ਮਤਲਬ ਪੰਜਾਬ ਸਰਕਾਰ ਨੂੰ ਇਹ ਬੇਨਤੀ ਆ ਕਿ ਸਾਡੇ ਜਿਹੜੇ ਸਮਾਜ ਨੂੰ ਸਰਕਾਰ ਨੇ ਪ੍ਰਤੀਨਿਧੀ ਦਿੱਤਾ ਵਾ, ਅਸੀਂ ਇਹਦੇ ਸਰਕਾਰ ਦੇ ਬੜੇ ਮਸ਼ਕੂਰ ਹਾਂ। ਸਾਡੇ ਜਿਹੜੇ ਸਰਹੰਦ ਦੇ ਸ਼੍ਰੀ ਗਿਰਜਾ ਰਾਮ ਜੀ ਜਿਹੜੇ ਬਾਲਮੀ ਸਮਾਜ ਦੇ ਪ੍ਰਧਾਨ ਹੈਗੇ ਆ, ਉਹਨਾਂ ਨੂੰ ਪੰਜਾਬ ਸਰਕਾਰ ਨੇ ਇੱਕ ਸਫਾਈ ਆਯੋਗ ਦਾ ਚੇਅਰਮੈਨ ਬਣਾਇਆ ਅਤੇ ਮੈਂ ਪੰਜਾਬ ਸਰਕਾਰ ਦਾ ਅਤੇ ਆਪਣੇ ਸ਼੍ਰੀ ਗਿਰਜਾ ਰਾਮ ਜੀ ਦਾ ਗਿਰਜਾ ਰਾਮ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਅਤੇ ਪੰਜਾਬ ਸਰਕਾਰ ਦਾ ਅਧੀਨ ਹੈਗਾ, ਰਿਣੀ ਰਵਾਂਗੇ ਜਿਨ੍ਹਾਂ ਨੇ ਸਾਡੇ ਇੱਕ ਬਾਲਮੀ ਸਮਾਜ ਨੂੰ ਬਹੁਤ ਵੱਡੀ ਇੱਕ ਪਦਵੀ ਦਿੱਤੀ ਆ ਅਤੇ ਮੈਂ ਆਪਣੇ ਵੱਲੋਂ ਆਪਣੇ ਮੁਲਾਜ਼ਮਾਂ ਵੱਲੋਂ ਔਰ ਆਪਣੀ ਯੂਨੀਅਨ ਵੱਲੋਂ ਲੱਖ ਲੱਖ ਵਧਾਈ ਦੇਣਾ ਪ੍ਰਧਾਨ ਸ਼੍ਰੀ ਗਿਰਜਾ ਰਾਮ ਜੀ ਨੂੰ। ਜੈ ਹਿੰਦ। ਪਠਾਨਕੋਟ ਤੋਂ ਗੁਰਦੇਵ ਸਿੰਘ ਜੌਹਲ ਦੀ ਰਿਪੋਰਟ।